ਸੋ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦਿਨ ਭਰ ਦੇ ਵਿੱਚ ਕਰਫਿਊ ਦੇ ਨਾਲ ਸੰਬੰਧਿਤ ਕਈ ਖਬਰਾਂ ਜਿਹੜੀਆਂ ਹੈਗੀਆਂ ਤੁਸੀਂ ਦੇਖੀਆਂ, ਔਰ ਸਾਡੇ ਚੈਨਲ ਦਾ ਜਿਹੜਾ ਮਾਧਿਅਮ ਹੈਗਾ ਉਸ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਇਕੱਲੇ ਬੰਦ ਦਾ ਅਸਰ ਦਿਖਾਇਆ ਜਾਵੇ, ਕਿੱਥੇ ਸੜਕਾਂ ਦੇ ਹਾਲ ਜਿੱਥੇ ਦਿਖਾਏ ਜਾਂਦੇ ਨੇ ਉਹ ਵੀ ਹੈਗੇ ਨੇ, ਲੇਕਿਨ ਇਸ ਦੇ ਨਾਲ ਨਾਲ ਇੱਕ ਹੋਰ ਅਸਰ ਦਿਖਾਵਾਂਗੇ ਭੁੱਖੇ ਢਿੱਡਾਂ ਦਾ। ਬਿਲਕੁਲ ਤੁਹਾਡੇ ਨਾਲ ਸਹੀ ਸੁਣਿਆ ਤੁਸੀਂ ਕਿ ਭੁੱਖੇ ਢਿੱਡਾਂ ਦਾ ਅਸਰ ਦਿਖਾਵਾਂਗੇ, ਜਿੱਥੇ ਲੋਕ ਰੋਟੀ ਨੂੰ ਵਿਲਕ ਰਹੇ ਨੇ। ਇਸ ਸਮੇਂ ਬਾਰਿਸ਼ ਜਿਹੜੀ ਹੈਗੀ ਅੱਜ ਸਾਰਾ ਦਿਨ ਪਈ, ਔਰ ਮੇਰੇ ਪਿੱਛੇ ਦੀਆਂ ਤਸਵੀਰਾਂ ਕੈਮਰਾਮੈਨ ਨੂੰ ਇੱਕ ਵਾਰੀ ਕਹੂੰਗਾ ਕਿ ਜ਼ਰੂਰ ਦਿਖਾ ਦੇਣ ਕਿ ਇਹ ਉਹ ਪਰਿਵਾਰ ਨੇ ਜਿਹੜੇ ਰੋਟੀ ਨੂੰ ਤਰਸ ਰਹੇ ਨੇ। ਹਾਲਾਂਕਿ ਸਰਕਾਰ ਵੱਲੋਂ ਦਾਅਵੇ ਜਿਹੜੇ ਉਹ ਜ਼ਰੂਰ ਕੀਤੇ ਜਾ ਰਹੇ ਸੀਗੇ ਕਿ ਬੱਚਿਆਂ ਨੂੰ ਰੋਟੀ, ਲੋੜਵੰਦਾਂ ਨੂੰ ਰੋਟੀ ਜਿੱਥੇ ਜਿਹਦੀ ਜ਼ਰੂਰਤ ਪਊਗੀ ਉਹ ਜ਼ਰੂਰ ਦਿੱਤੀ ਜਾਊਗੀ, ਲੇਕਿਨ ਇਸ ਦੇ ਨਾਲ ਨਾਲ ਕਿਤੇ ਨਾ ਕਿਤੇ ਜੇ ਦਾਅਵਿਆਂ ਦੇ ਵਿੱਚ ਕਮੀ ਆਉਂਦੀ ਹੈਗੀ ਆ ਤਾਂ ਉਹ ਵੀ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ, ਪ੍ਰਸ਼ਾਸਨ ਦੇ ਨਾਲ, ਸਰਕਾਰ ਦੇ ਨਾਲ ਸਾਂਝੀ ਕਰਨੀ ਚਾਹਾਂਗੇ, ਕਿਉਂਕਿ ਇੱਥੇ ਇਹਨਾਂ ਲੋਕਾਂ ਦੇ ਕੋਲ ਜੇ ਮਾਸਕ ਦੀ ਗੱਲ ਕਰੀਏ ਤਾਂ ਮਾਸਕ ਬਾਰੇ ਜਾਣਕਾਰੀ ਹੀ ਨਹੀਂ ਹੈ, ਸੈਨੇਟਾਈਜ਼ਰ ਬਾਰੇ ਜਾਣਕਾਰੀ ਨਹੀਂ ਹੈ। ਸੋ ਇਸ ਦੇ ਨਾਲ ਨਾਲ ਜੇਕਰ ਗੱਲ ਕਰੀਏ ਤਾਂ ਰੋਟੀ ਦੀ ਗੱਲ ਇਹਨਾਂ ਨਾਲ ਕਰੀਏ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਕੁਛ ਖਾਧਾ ਪੀਤਾ ਨਹੀਂ ਹੈ, ਕਿਉਂ? ਕਿਉਂਕਿ ਕੰਮ ਕਰਦੇ ਹਾਂ ਅਤੇ ਰੋਟੀ ਖਾਂਦੇ ਹਾਂ। ਸੋ ਗੱਲਬਾਤ ਕਰਕੇ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ, ਕੀ ਨਾਮ ਹੈ ਤੁਹਾਡਾ? ਆਰਤੀ। ਆਰਤੀ ਅਤੇ ਕਿਵੇਂ ਆ, ਰੋਟੀ ਪਾਣੀ ਬਣਾ ਰਹੇ ਹੋ, ਖਾ ਰਹੇ ਹੋ? ਕੋਈ ਨਹੀਂ, ਭੁੱਖਨ ਮਰਤੇ ਹੈ, ਬੱਚੇ ਭੁੱਖਨ ਮਰਤੇ, ਹਮ ਵੀ ਭੁੱਖਨ ਮਰਤੇ ਹੈ, ਤਾਂ ਕਿਆ ਕਰੇ, ਬਾਰਿਸ਼ ਹੋਤਾ ਹੈ, ਖਾਣਾ ਵੀ ਨਹੀਂ ਹੋਤਾ, ਖਾਣਾ ਨਹੀਂ ਮਿਲਤਾ ਹੈ, ਦਿਹਾੜੀ ਕਰਤੇ ਥੇ ਤਬ ਖਾਣਾ ਮਿਲਤਾ ਥਾ। ਦਿਹਾੜੀ ਹਮਾਰੇ ਤੋ ਬਹੁਤ ਤਿੰਨ ਦਿਨ ਹੁਆ ਤਬ ਸੇ ਦਿਹਾੜੀ ਹਮਾਰੇ ਬੰਦ ਹੈ, ਤਿੰਨ ਦਿਨ ਸੇ ਬੱਚੇ ਭੁੱਖੇ ਹੈ, ਰੋਤੇ ਹੈ, ਅਪੜੇ ਰਹਤੇ ਹੈ ਜੁਗੀਏ ਮੇਂ। ਕੋਈ ਪੁੱਛਣ ਤੁਹਾਨੂੰ ਇੱਥੇ ਆਇਆ ਕਿ ਖਾਣਾ ਮਿਲਿਆ ਕਿ ਨਹੀਂ? ਕੋਈ ਨਹੀਂ ਪੁੱਛਣ ਆਇਆ, ਕੋਈ ਨਹੀਂ ਪੁੱਛਣ ਆਇਆ, ਨਾ ਕੋਈ ਦੇਖ ਰਿਹਾ ਹੈ, ਔਰ ਕੀ। ਮੀਂਹ ਪੈ ਰਿਹਾ ਸੀਗਾ, ਕਿਸ ਤਰ੍ਹਾਂ ਦਾ ਰਿਹਾ ਦਿਨ ਫਿਰ, ਕਿਵੇਂ ਗੁਜ਼ਾਰਾ ਹੋਇਆ? ਗੁਜ਼ਾਰਾ ਹੁਆ, ਦੋ ਦਿਨ ਕਾ ਇਤਨਾ ਆਟਾ ਰੱਖਾ ਥਾ, ਯੇ ਕੇਕ ਆਦਿਆ, ਇਤਨੀ ਇਤਨੀ ਰੋਟੀ ਖਾ ਕੇ ਗੁਜ਼ਾਰਾ ਕੀਆ, ਬੱਚੇ ਨੂੰ ਕੋ ਖਿਲਾ ਕੇ ਗੁਜ਼ਾਰਾ ਕੀਆ, ਔਰ ਕੀ। ਕਿੰਨੇ ਲੋਕ ਜੇ ਇੱਥੇ ਤੁਸੀਂ? ਹਮਨੇ 8 10 15 ਬੰਦੇ ਹੈ। ਕਿੰਨੀਆਂ ਝੁੱਗੀਆਂ ਨੇ ਇੱਥੇ? ਚਾਰ ਝੁੱਗੀਆਂ ਹੈ। ਦਿਹਾੜੀ ਕਰਦੇ ਹੋ? ਹਾਂ, ਦਿਹਾੜੀ ਕਰਤੇ ਹੈ। ਅੱਛਾ, ਮਾਸਕ ਬਾਰੇ ਪਤਾ ਵਾ, ਕਿਉਂਕਿ ਕਰੋਨਾ ਤੁਹਾਨੂੰ ਪਤਾ ਹੈ ਬੰਦ ਕਿਉਂ ਹੋਇਆ, ਕਰਫਿਊ ਕਿਉਂ ਲੱਗਾ ਪਤਾ? ਉਹ ਬੋਲਤੇ ਹੈ ਮਾਂ, ਉਹ ਤਾਂ ਬੋਲਤੇ ਹੈ ਬਿਮਾਰੀ ਚਲੀ ਹੋਈ ਹੈ, ਉਹ ਬਤਾਓ ਮੂੰਹ ਢੱਕ ਕੇ ਰੱਖਾ ਕਰੋ, ਹਰ ਚੀਜ਼ ਕਰਾ ਕਰੋ, ਤਭੀ ਕੇ ਵਜ੍ਹਾ ਸੇ ਸਾਰਾ ਬੰਦ ਹੋ ਗਿਆ। ਮੂੰਹ ਢੱਕ ਕੇ ਰੱਖਣ ਬਾਰੇ ਕਿਹਾ ਗਿਆ, ਕੋਈ ਕਿਸੇ ਨੇ ਆਣ ਕੇ, ਕਿਸੇ ਸਿਹਤ ਵਿਭਾਗ ਨੇ, ਕਿਸੇ ਸਿਹਤ ਅਧਿਕਾਰੀ ਨੇ ਗੱਲਬਾਤ ਕੀਤੀ ਇਸ ਬਾਰੇ ਕਿ ਮੂੰਹ ਢੱਕਣਾ ਕਿਉਂ ਜ਼ਰੂਰੀ ਆ, ਹੱਥ ਧੋਣੇ ਵਾਰ ਵਾਰ ਕਿਉਂ ਜ਼ਰੂਰੀ ਆ, ਇਸ ਬਾਰੇ ਪਤਾ ਲੱਗਾ ਕੁਛ? ਕੁਛ ਨਹੀਂ ਪਤਾ ਲੱਗਾ, ਕੁਛ ਪਤਾ ਨਹੀਂ ਲੱਗਾ। ਸੋ ਇੱਕ ਵੱਡੀ ਗੱਲ ਆਪਣੇ ਸਿਹਤ ਵਿਭਾਗ ਦੇ ਨਾਲ ਵੀ ਸਾਂਝੀ ਕਰਨੀ ਚਾਹਾਂਗੇ ਕਿ ਬਿਲਕੁਲ ਇਸ ਸਮੇਂ ਗੱਲ ਅਮੀਰ ਗਰੀਬ ਦੀ ਨਹੀਂ ਹੋ ਰਹੀ, ਇਸ ਸਮੇਂ ਬਿਮਾਰੀ ਦੀ ਗੱਲ ਹੋ ਰਹੀ ਹੈ, ਔਰ ਬਿਮਾਰੀ ਦੀ ਗੱਲ ਜੇਕਰ ਕਰੀਏ ਤਾਂ ਇਹਨਾਂ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ ਕਿਤੇ ਨਾ ਕਿਤੇ, ਜੇਕਰ ਕਿਸੇ ਤਰ੍ਹਾਂ ਦੀ ਕਮੀ ਜਿਹੜੀ ਹੈਗੀ ਆ ਕਿਸੇ ਵੇਲੇ, ਕਿਉਂਕਿ ਅਸੀਂ ਆਪਣੇ ਪ੍ਰਸ਼ਾਸਨ ਦੀ ਵੀ ਬਿਲਕੁਲ ਗੱਲ ਕਰਾਂਗੇ ਕਿ ਸਰਾਹਣਾਯੋਗ ਕਦਮ ਨੇ, ਬਹੁਤ ਹੀ ਮਿਹਨਤ ਕਸ਼ ਲੋਕ ਨੇ, ਸਾਡੇ ਸਾਰੇ ਕਰਮਚਾਰੀਆਂ ਦੇ ਉੱਤੇ ਸਾਨੂੰ ਫਖਰ ਹੈ ਕਿ ਉਹ ਬਿਲਕੁਲ ਡਿਊਟੀਆਂ ਦੇ ਰਹੇ ਨੇ, ਲੇਕਿਨ ਕਿਤੇ ਨਾ ਕਿਤੇ ਜੇਕਰ ਇਹ ਲੋਕ ਅਣਗੌਲੇ ਗਏ ਨੇ, ਸੋ ਸਾਡਾ ਵੀ ਫਰਜ਼ ਬਣਦਾ ਕਿ ਬਿਲਕੁਲ ਅਸੀਂ ਸਰਕਾਰ ਦੇ ਧਿਆਨ ਹਿੱਤ ਲਿਆਈਏ, ਇਹਨਾਂ ਨੂੰ ਵੀ ਜਿਹੜਾ ਜਾਗਰੂਕ ਕਰਨ ਦੀ ਲੋੜ ਹੈਗੀ ਆ, ਕਿਉਂਕਿ ਸਾਰਾ ਸਟਾਫ ਜੇਕਰ ਗੱਲ ਕਰੀਏ ਤਾਂ ਮੈਡੀਕਲ ਸਟਾਫ ਵੀ ਬਹੁਤ ਮਿਹਨਤ ਕਰ ਰਿਹਾ ਹੈ, ਲੇਕਿਨ ਜੇ ਕਿਤੇ ਕੋਈ ਕਮੀ ਰਹਿ ਗਈ ਹੈ ਕਿਸੇ ਨੂੰ ਜਾਗਰੂਕ ਕਰਨ ਦੀ, ਕਿਉਂਕਿ ਇਹ ਲੋਕ ਟੀਵੀਆਂ ਵਾਲੇ ਨਹੀਂ ਨੇ, ਇਹ ਲੋਕ ਉਹਨਾਂ ਮੋਬਾਈਲਾਂ ਵਾਲੇ ਨਹੀਂ ਨੇ ਜਿੱਥੇ 24 ਘੰਟੇ ਖਬਰਾਂ ਚੱਲਦੀਆਂ। ਸੋ ਜਾਗਰੂਕਤਾ ਦੀ ਗੱਲ ਬਾਰੇ ਹੋਰ ਵੀ ਕਿਸੇ ਨਾਲ ਗੱਲ ਕਰਨੀ ਚਾਹਾਂਗੇ ਕਿ ਕਿਵੇਂ ਗੁਜ਼ਾਰਾ ਜਿਹੜਾ ਹੈਗਾ ਵਾ ਚੱਲ ਰਿਹਾ ਤੁਹਾਡਾ? ਕੀ ਨਾਮ ਹੈ ਜੀ? ਹਮਾਰੇ ਨਾਮ ਵਿਕਾ ਨਾ ਧੋਬੀ।